ਸਾਹਿਬ ਵੀ ਸ਼ਾਹੂ ਪੀਰ ਬੈਠਾ ਗੁਰਪਾਲ ਅਰਜਨ ਕਾਇਆ ਭਗਤ ਕਹਿ ਮੂਰਤ ਹਰ ਗੋਬਿੰਦ ਸਵਾਰੀ ਮੇਰੀ ਪੀੜ੍ਹੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਸ ਮੁਬਾਰਕ ਚਰਨ ਧਰਤੀ ਦੇ ਉੱਤੇ ਆਪਣੇ ਮੁਬਾਰਕ ਚਰਨ ਪਾਏ ਇਹ ਧਰਤੀ ਸਰਸਬਜ਼ ਹੋ ਗਈ ਐਸੀ ਮਹਾਨ ਇਤਿਹਾਸ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰੂ ਦੇ ਵਿਰਾਜਮਾਨ ਗੁਰੂ ਪਿਆਰੇ ਖਾਲਸਾ ਜੀ ਤੁਹਾਡੇ ਨਾਲ ਕੋਈ ਵੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਅਰਜ਼ ਕਰਦੇ ਸਾਰੇ ਆਪਣਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਪਰਿਵਾਰ ਦੀ ਸ਼ਖਸੀਅਤਾਂ ਨੇ ਵਿਦਵਾਨਾਂ ਨੇ ਗਿਆਨੀਆਂ ਨੇ ਮਹਾਂਪੁਰਸ਼ਾਂ ਨੇ ਸੰਤ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਸੰਤ ਬਾਬਾ ਰਤਨ ਸਿੰਘ ਜੀ ਸਾਹਿਬ ਸੰਤ ਮਹਾਂਪੁਰਸ਼ ਗਿਆਨੀ ਮੋਹਨ ਸਿੰਘ ਜੀ ਸਾਹਿਬ ਉਹਨਾਂ ਦੇ ਜੀਵਨ ਬਾਰੇ ਤੁਹਾਡੇ ਨਾਲ ਬਹੁਤ ਵਿਚਾਰਾਂ ਸਾਂਝੀਆਂ ਕੀਤੀਆਂ ਕਿ ਮਹਾਂਪੁਰਸ਼ ਸੰਸਾਰ ਦੇ ਵਿੱਚ ਕਾਸ ਕਿਸ ਵਾਸਤੇ ਆਏ ਕੀ ਪਰਉਪਕਾਰ ਕੀਤੇ ਉਹਨਾਂ ਦੇ ਪਰਉਪਕਾਰਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਂਪੁਰਸ਼ਾਂ ਦੀ ਉਸਤ ਦੇ ਵਿੱਚ ਕਹਿੰਦੇ ਨੇ ਸੰਤ ਸਾਧੂ ਜੋ ਜਨ ਕਰੈ ਸੋ ਜਨ ਕਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਕਰਤਾ ਮਹਾਂਪੁਰਸ਼ਾਂ ਨੂੰ ਮੰਨਣ ਦਾ ਉਹਨਾਂ ਦੇ ਉਪਦੇਸ਼ ਮੰਨਣ ਦਾ ਸਾਨੂੰ ਉਪਦੇਸ਼ ਕਰਦੇ ਗੁਰੂ ਸਾਹਿਬ ਪਿਆਰਿਓ ਸਾਰੇ ਆਪਾਂ ਇੱਕ ਗੱਲ ਦਾ ਧਿਆਨ ਕਰੀਏ ਕਿ ਗੁਰਦੁਆਰਾ ਸਾਹਿਬਾਨ ਹਰ ਪਿੰਡ ਦੇ ਵਿੱਚ ਇੱਕ ਤੋਂ ਵੀ ਵੱਧ ਕੇ ਨੇ ਪਰ ਕੀ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਐਸੇ ਇਕੱਠ ਹੁੰਦੇ ਨੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਗੁਰੂ ਦੀ ਗੱਲ ਇਸ ਤਰ੍ਹਾਂ ਹੁੰਦੀ ਹੈ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਅੰਮ੍ਰਿਤ ਛਕਾਇਆ ਜਾਂਦਾ ਤਾਂ ਅਸੀਂ ਇਹਦੇ ਵਿੱਚ ਨਾ ਕਹਾਂਗੇ ਵੀ ਨਹੀਂ ਹੁੰਦਾ ਜਿੱਥੇ ਜਿੱਥੇ ਮਹਾਂਪੁਰਸ਼ ਬੈਠੇ ਨੇ ਉੱਥੇ ਉੱਥੇ ਉਹਨਾਂ ਨੇ ਲੋਕਾਂ ਨੂੰ ਗੁਰੂ ਨਾਨਕ ਦੇ ਨਾਲ ਸੱਚੇ ਪਾਤਸ਼ਾਹ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਸਾਡਾ ਵੀ ਦੁਨਿਆਵੀ ਲੋਕਾਂ ਦਾ ਵੀ ਇਹ ਸੁਭਾਅ ਕਹਿੰਦੇ ਜਾਂ ਸਾਡਾ ਅਸੀਂ ਤਕਲੀਫਾਂ ਚ ਇੰਨੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੋਲੇ ਬਹੁਤ ਵੱਡੀ ਗੱਲ ਹੈ ਗੁਰੂ ਜੀ ਦੀ ਇਹ ਗੱਲ ਸਮਝ ਨਹੀਂ ਆ ਸਕਦੀ ਅਸੀਂ ਬੈਠ ਨਹੀਂ ਸਕਦੇ ਜਦੋਂ ਕੋਈ ਮਹਾਤਮਾ ਸਾਨੂੰ ਉਪਦੇਸ਼ ਕਰਦਾ ਹੈ ਅਸੀਂ ਉਹਨਾਂ ਦੀ ਗੱਲ ਸੁਣ ਕੇ ਪਿਆਰ ਹੋਏ ਗੁਰੂ ਦੇ ਨਾਲ ਲੜ ਲੱਗ ਜਾਂਦੇ ਸੋ ਇਸੇ ਮਹਾਂਪੁਰਸ਼ਾਂ ਦਾ ਮੇਰਾ ਜਿਹੜਾ ਸੰਸਾਰ ਹੈ ਇਹ ਕਦੇ ਚੱਲ ਨਹੀਂ ਸਕਦਾ ਤੇ ਅੱਜ ਤਾਂ ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਜਦੋਂ ਐਸੇ ਮਹਾਂਪੁਰਸ਼ ਸੰਸਾਰ ਦੇ ਵਿੱਚੋਂ ਜਾਂਦੇ ਨੇ ਐਸੀਆਂ ਰੂਹਾਂ ਚੱਲੀਆਂ ਜਾਂਦੀਆਂ ਨੇ ਇੱਕ ਖਲਾਅ ਪੈਦਾ ਹੋ ਰਿਹਾ ਹੈ ਜਿੱਥੇ ਇਹਨਾਂ ਮਹਾਂਪੁਰਸ਼ਾਂ ਦੇ ਤੁਸੀਂ ਸਾਰਿਆਂ ਨੇ ਇਹਨਾਂ ਦੇ ਮਹਾਂਪੁਰਸ਼ਾਂ ਨੇ ਬਿਰਧ ਸਾਧਨ ਕੀਤੇ ਨੇ ਉੱਥੇ ਉਹਨਾਂ ਦੀ ਜਗ੍ਹਾ ਦੇ ਉੱਤੇ ਬਹੁਤ ਪਿਆਰੀ ਸ਼ਖਸੀਅਤ ਜਿਹੜੇ ਬੜੇ ਵਿਦਵਾਨ ਨੇ ਜਿਹੜੇ ਆਮ ਜਨ ਸਧਾਰਨ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਜਾ ਕੇ ਉਹ ਸੰਬੋਧਨ ਕਰਦੇ ਨੇ ਜਿਹੜੇ ਬੜੇ ਸ਼ਬਦਾਂ ਦੇ ਧਨੀ ਨੇ ਬੜੇ ਉੱਚੇ ਜੀਵਨ ਵਾਲੇ ਨੇ ਸੰਤ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਨੇ ਵੀ ਕਮਾਲ ਦਾ ਜੀਵਨ ਜਿਉਂ ਰਹੇ ਨੇ ਇਹ ਲੋਕਾਂ ਨੂੰ ਸਾਨੂੰ ਸੰਗਦੇ ਸਿੱਖਣਾ ਚਾਹੀਦਾ ਇਹ ਗੱਲਾਂ ਐਸਾ ਹੀ ਨੇ ਵੀ ਗੁਰਮਤ ਦਾ ਪ੍ਰਚਾਰ ਹੀ ਨਹੀਂ ਕਰਦੇ ਇਹ ਸਮਾਜ ਸੇਵੀ ਵੀ ਨੇ ਇਹ ਸਮਾਜ ਦੇ ਵਿੱਚ ਉੱਥੇ ਅਨੇਕਾਂ ਸੇਵਾਵਾਂ ਕਰਦੇ ਆ ਉੱਥੇ ਕੁਦਰਤੀ ਖੇਤੀ ਕਰਨਾ ਤੇ ਜਿਹੜਾ ਸਾਡਾ ਕਿਸਾਨ ਅੰਦੋਲਨ ਸੀ ਉਹਦੇ ਵਿੱਚ ਮੂਹਰੀਆਂ ਸਫ਼ਾ ਦੇ ਵਿੱਚ ਹੋ ਕੇ ਕੰਮ ਕਰਦਾ ਸੰਤ ਬਾਬਾ ਗੁਰਮੀਤ ਸਿੰਘ ਵਰਗੇ ਮਹਾਂਪੁਰਸ਼ਾਂ ਦੇ ਹਿੱਸੇ ਆਇਆ ਐਸੇ ਮਹਾਨ ਸਥਾਨਾਂ ਦੇ ਉੱਤੇ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਪਰ ਇੱਕ ਗੱਲ ਯਾਦ ਰੱਖੋ ਕਿ ਜਦੋਂ ਭਾਈ ਸਾਹਿਬ ਇੱਥੇ ਅੰਮ੍ਰਿਤ ਛਕਣ ਵਾਸਤੇ ਕਹਿੰਦੇ ਨੇ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਦਰਬਾਰ ਸਾਹਿਬ ਚਲੇ ਜਾਓ ਕਿ ਸਿੱਖ ਇਸ ਗੱਲ ਨੂੰ ਭੁੱਲ ਗਿਆ ਕਿ ਪੋਹ ਦਾ ਮਹੀਨਾ ਇੱਕ ਹਫ਼ਤੇ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸਰਬੰਸ ਤੁਹਾਡੇ ਉੱਤੇ ਵਾਰ ਦੇਣਾ ਇਹ ਗੱਲ ਕਹਿ ਦੇਣੀ ਹੈ ਇਨਕ ਤਮੂ ਕੇ ਸੀਸ ਪਰ ਬਾਹਰ ਦੇ ਸੁਚਾਰ ਚਾਰ ਨੰਬਰ ਤੋਂ ਕਿਆ ਹੋਇਆ ਜੀਵ ਕਈ ਹਜ਼ਾਰ ਕਿ ਅੱਜ ਅਸੀਂ ਜਿਹੜੇ ਹਜ਼ਾਰਾਂ ਆਉਣ ਵਾਲੇ ਸਿੱਖ ਹੈ ਸਾਨੂੰ ਵੀ ਗੱਲ ਸੁਣਨੀ ਪੈਂਦੀ ਹੈ ਅੰਮ੍ਰਿਤ ਛਕਣ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਤੁਰ ਗਈ ਹੈ ਸੱਚੇ ਪਾਤਸ਼ਾਹ ਸਰਬੰਸ ਦਾ ਨਾ ਕਿਹਾ ਜਿਹਨਾਂ ਨੂੰ ਅਸੀਂ ਸਰਬੰਸ ਦਾ ਨਾ ਕਹਿੰਦੇ ਹਾਂ ਅਸੀਂ ਸੱਤ ਸਾਲ ਦੇ ਨੌ ਸਾਲ ਦੇ ਪ੍ਰਬੰਧਾਂ ਦੀ ਗੱਲ ਕਰਦੇ ਹਾਂ ਅਸੀਂ ਮਾਤਾ ਗੁਰੂ ਦੀ ਗੱਲ ਕਰਦੇ ਹਾਂ ਇਹ ਪਰ ਸਾਨੂੰ ਕਦੇ ਗੁਰੂ ਦੀ ਗੱਲ ਅਸੀਂ ਮੰਨਦੇ ਇਹ ਸਾਨੂੰ ਸਾਰਿਆਂ ਨੂੰ ਆਪਣੇ ਅੰਤਰਾਤਮਾ ਝਾਤੀ ਮਾਰਨਾ ਚਾਹੀਦੀ ਹੈ ਗੁਰੂ ਜੀ ਦਾ ਵਾਕ ਸੇਵ ਸਿੱਖ ਪੂਜਨ ਸਾਹਿਬ ਆਵੇ ਸਭ ਗਾਵੇ ਹਾ ਹਾ ਗੁਰੂ ਬਾਣੀ ਗਾਵੇ ਸੁਣਿਆ ਤਿਲਕਾ ਹੱਥਾਂ ਪਾਵੇ
ਜੇ ਸਤਿਗੁਰ ਕੀ ਆਗਿਆ ਸਤ ਸਤਿ ਮੰਨੀ ਕਿੰਨੀ ਕਾਗਾ ਸੀ ਮੰਨਦੇ ਪਿਆਰੇ ਕੋਈ ਆਗਿਆ ਮੰਨਣ ਨੂੰ ਤਿਆਰ ਨਹੀਂ ਹੈਗਾ ਕੋਈ ਅਮਰ ਛਕਣ ਨੂੰ ਤਿਆਰ ਨਹੀਂ ਫਤਿਹ ਪਾਉਣ ਵੇਲੇ ਵੀ ਅਸੀਂ ਸਟੇਜ ਤੋਂ ਕਹਿੰਦੇ ਹਾਂ ਕਿ ਸਾਰੀ ਸੰਗਤ ਰਸਨਾ ਪਵਿੱਤਰ ਕਰੋ ਸਾਨੂੰ ਇਸ ਗੱਲ ਦਾ ਪਤਾ ਵੀ ਤੁਸੀਂ ਸਾਰੇ ਫਤਿਹ ਬੋਲ ਕੇ ਰਾਜੀ ਨਹੀਂ ਕਿਸੇ ਕਰਕੇ ਅਸੀਂ ਕਹਿੰਦੇ ਹਾਂ ਸੋ ਪਿਆਰੋ ਐਸੇ ਮਹਾਂਪੁਰਸ਼ਾਂ ਨੇ ਜਿਹੜੀਆਂ ਸਤਾਰ ਅਸੀਂ ਬਣਾਉਂਦੇ ਹਾਂ ਵਰਸੀਆਂ ਬਣਾਉਂਦੇ ਹਾਂ ਮੈਂ ਬਹੁਤ ਵਾਰ ਸੁਣਦਾ ਮੈਂ ਸੰਤ ਗਿਆਨੀ ਗੁਰਿਆਮ ਸਿੰਘ ਜੀ ਮਹਾਂਪੁਰਸ਼ ਧੂਰਕੋਟ ਵਾਲੇ ਉਹਨਾਂ ਦਾ ਵਿਦਿਆਰਥੀ ਮੈਂ ਉਹਨੂੰ ਕੋਲ ਰਿਹਾ ਉਹ ਮਹਾਂਪੁਰਸ਼ ਕੋਈ ਪੱਤਰਕਾਰ ਸ਼ੁਰੂ ਕਰਨ ਤੋਂ ਪਹਿਲਾਂ ਲਿਖਦੇ ਸ੍ਰੀ ਅਕਾਲ ਜੀ ਸਹਾਰੇ ਉਹ ਕਹਿੰਦੇ ਵੀ ਸ੍ਰੀ ਅਕਾਲ ਤਖ਼ਤ ਹੁਕਮ ਕੀਆ ਅਸੀਂ ਉਹਨੂੰ ਸਰਵਣ ਕਰਾਂਗੇ ਅੱਜ ਦੇ ਹਰ ਗੱਲ ਨੂੰ ਪੰਡਾ ਕਰਨ ਵਾਸਤੇ ਵੀ ਸਿੱਖ ਆਪਣਾ ਕੁਹਾੜੇ ਦੇ ਵਿੱਚ ਜਿਹੜਾ ਦਸਤਾ ਲੱਕੜ ਦਾ ਤੇ ਆਪਣੇ ਆਪ ਜੜਾ ਅਸੀਂ ਆਪ ਹੀ ਕੱਟਣ ਲੱਗੇ ਹੋਏ ਹਾਂ ਐਸੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਅਸੀਂ ਸਿੱਖੀਏ ਕਿ ਗੁਰਮਤ ਦੀ ਧਾਰਨੀ ਹੋਈਏ ਬਹੁਤ ਜ਼ਿਆਦਾ ਪੰਥ ਦੇ ਵਿੱਚ ਦੁਰਭਾ ਪੈਦਾ ਹੋ ਗਈ ਹੈ ਮੈਂ ਚੰਗਾ ਮੈਂ ਤਾਂ ਹੀ ਐਡੇ ਵੱਡੇ ਮਹਾਂਪੁਰਸ਼ਾਂ ਦੇ ਕੱਟ ਕੀਤੇ ਸਾਡੇ ਸਭ ਹੋਣਗੇ ਜੇ ਅਸੀਂ ਪੰਥ ਦੀ ਗੱਲ ਕਰੀਏ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨੀਏ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸਰਬੰਸ ਬਾਰੇ ਨੂੰ ਯਾਦ ਰੱਖੀਏ ਫਿਰ ਹੀ ਅਸੀਂ ਜਿਹੜੀਆਂ ਸਫਲਤਾਪੂਰਵਕ ਕਹਿ ਸਕਦੇ ਹਾਂ ਇਹਨਾਂ ਦੋ ਮੁੱਦਿਆਂ ਨੂੰ ਸੋ ਅਖੀਰ ਦੇ ਵਿੱਚ ਮੈਂ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਬਹੁਤ ਸ਼ੁਕਰ ਕਰਦਾ ਕਿ ਜਿਨ੍ਹਾਂ ਦੇ ਚਰਨਾਂ ਨੇ ਖੜੋ ਕੇ ਤੁਹਾਡੇ ਦਰਸ਼ਨ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੁੰਦਾ ਹੈ ਸਾਨੂੰ ਤੇ ਫਿਰ ਤੇ ਕੋਈ ਬਾਤ ਨਹੀਂ ਪੁੱਛਦਾ ਗੁਰਸੰਤੋ ਸੰਗ ਕਿਹੜੇ ਹਨ ਥਾਪੇ ਸਤਿਗੁਰੂ ਸੱਚੇ ਪਾਤਸ਼ਾਹ ਕਿਹੜਿਆਂ ਨੂੰ ਨਿਵਾਜ ਦਿੰਦੇ ਨੇ ਸੋ ਸਤਿਗੁਰੂ ਦਾ ਬਹੁਤ ਬਹੁਤ ਸ਼ੁਕਰ ਸ੍ਰੀਮਾਨ ਸੰਤ ਬਾਬਾ ਗੁਰਮੀਤ ਸਿੰਘ ਜੀ ਜਿਹੜੇ ਆਹ ਸਾਰੇ ਪਾਸੇ ਜਿਨ੍ਹਾਂ ਦਾ ਮਹਾਂਪੁਰਸ਼ਾਂ ਦਾ ਹਰ ਪਾਸੇ ਵਿੱਚ ਹਰ ਖੇਤਰ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਉਹਨਾਂ ਦਾ ਉਹਨਾਂ ਦੇ ਸਮੁੱਚੇ ਟਰਸਟੀਆਂ ਦਾ ਸਮੁੱਚੇ ਪ੍ਰਬੰਧ ਦਾ ਮੇਰੇ ਨਾਲ ਸਾਡੇ ਮਹਾਂਪੁਰਸ਼ ਸੰਤ ਬਾਬਾ ਨਾਥ ਸਿੰਘ ਜੀ ਮੇਰੇ ਪਿੰਡੋਂ ਆਏ ਨੇ ਉਹਨਾਂ ਦਾ ਉਹਨਾਂ ਭਾਈ ਬੇਟਾ ਗੁਰਚਰਨ ਸਿੰਘ ਜੀ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਮਹਾਂਪੁਰਸ਼ ਮੰਚ ਦੇ ਉੱਤੇ ਬੈਠੇ ਨੇ ਇਹ ਸਾਰੇ ਪੰਥ ਸਰਦਾਰ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਕਮਾਈਆਂ ਕੀਤੀਆਂ ਨੇ ਸਾਹਮਣੇ ਬੈਠੇ ਸੰਗਤ ਨੂੰ ਫੇਰ ਮੈਂ ਜਿੱਥੇ ਤੁਹਾਨੂੰ ਸਾਰਿਆਂ ਦਾ ਪਤਾ ਅਦਾ ਕਰਦਾ ਸਾਡੇ ਬਹੁਤ ਧਰਮ ਪਿਆਰੇ ਸਰਦਾਰ ਅਮਰਜੀਤ ਸਿੰਘ ਜੀ ਜਿਹੜੇ ਕੁਝ ਸਭ ਸਮੇਂ ਅਤੇ ਉਹ ਵੀ ਮੈਨੂੰ ਦਰਸ਼ਨ ਹੋਏ ਉਹਨਾਂ ਦੇ ਵੀ ਮੈਨੂੰ ਦੱਸੇ ਨੇ ਵੇਖੇ ਉਹਨਾਂ ਦਾ ਵੀ ਮੈਂ ਥੈਂਕਸ ਕਰਦਾ ਹਾਂ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਭੁੱਲਾਂ ਚੁੱਕਾਂ ਦਾ ਕਿਵਾਂ ਮੰਗਦਾ ਜੀ ਫਿਰ ਸਾਰੀ ਸੰਗਤ ਨੂੰ ਫਤਿਹ ਅਰਜ਼ ਕਰਦਾ ਸਾਰੇ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।